ਨਿੰਬੂ ਕਿੰਨੇ ਵਧੀਆ ਨਿੰਬੂ ਵੀ ਲੈਣੇ ਕਿਸੇ ਨੂੰ ਮੈਸੇਜ ਕਰ ਸਕਦੇ ਨਿੰਬੂ ਹੈਗੇ ਤੁਹਾਡੇ ਕੋਲ ਨੁਕਸਾਨ ਪੇ ਨੁਕਸਾਨ ਨੁਕਸਾਨ ਪੇ ਨੁਕਸਾਨ ਇਹਨੂੰ ਬੱਚਿਆਂ ਨੇ ਮਹਾਰਾਜ ਜੀ ਨਾਲ ਆਰਾਮ ਕਰ ਰੱਖਾ ਹੈ ਐਂ ਤਾਂ ਦੋਨਾਂ ਦੇ ਪੱਗਾਂ ਬੰਨਿਆ ਅੱਜ ਫਿਰ ਦੁਬਾਰਾ ਫੜ ਕੇ ਬੈਠਣਾ ਪੈਂਦਾ ਕੱਲ ਨਾ ਬਈ ਇਹਨਾਂ ਨੇ ਇੱਕ ਹੋਰ ਨਵਾਂ ਨਵਾਂ ਨੁਕਸਾਨ ਕਰਤਾ ਚੱਲ ਅਸੀਂ ਛੱਡੋ ਇਹ ਤਾਂ ਇਹ ਤਾਂ ਨੁਕਸਾਨ ਮੈਟਰ ਹੀ ਨਹੀਂ ਕਰਦੇ ਜਿਹੜੀ ਲੈਣਾ ਨੂੰ ਨਾ ਮਾਰਦੇ ਨੇ ਆਹ ਕੱਲ ਲੈਪਟਾਪ ਪਿਆ ਆ ਕੇ ਸਤਗੁਰ ਨੇ ਪਾਣੀ ਡੋਲਤਾ ਇਹਦੇ ਤੇ ਹੁਣ ਇਹ ਆਨ ਹੀ ਨਹੀਂ ਆਨ ਕਰਦਾ ਬਸ ਆਵਾਜ਼ ਆਈ ਜਾਂਦੀ ਹੈ ਊਂ ਸਾਰਾ ਕੁਝ ਚੱਲ ਰਿਹਾ ਸਕਰੀਨ ਨਹੀਂ ਚੱਲਦੀ ਹੁਣ ਦਿਖਾ ਕੇ ਆਉਣਾ ਪੈਣਾ ਪਤਾ ਨਹੀਂ ਕੀ ਹੋਇਆ ਇਹਨੂੰ ਜੇਲ ਭੇਜ ਦੋ ਸਤਗੁਰ ਨੂੰ ਉਹਨੂੰ ਕਹਿੰਦਾ ਹੁਣ ਇੱਕ ਪਹਿਲਾਂ ਲੈਪਟਾਪ ਖਰਾਬ ਹੋਇਆ ਉਹਦੇ ਵੀ ਸੇਮ ਆਈ ਕਾਰਨ ਸੀ ਉਹ ਚ ਦੁੱਧ ਡੋਲਤਾ ਸੀ ਦੂਜਾ ਖਰਾਬ ਹੋਇਆ ਉਹਦਾ ਵੀ ਇਹੀ ਕਾਰਨ ਦੋਨੋਂ ਮਹਿ ਗਏ ਲੈਪਟਾਪ ਹੁਣ ਕੀ ਕਰੇ ਕੀ ਕਹੇ ਹੁਣ ਜਵਾਕਾਂ ਨੂੰ ਕੁਝ ਕਹਿ ਵੀ ਨਹੀਂ ਸਕਦੇ ਆਪਦੀ ਗਲਤੀ ਹੈ ਵੈਸੇ ਹੁਣ ਬਚਾ ਕੇ ਦੂਰੇ ਰੱਖੇ ਆ ਹੈ ਕਿੱਦਣ ਤੇ ਕਿੱਦਾਂ ਟੁੱਟ ਗਿਆ ਸੀ ਕਿਹਨੇ ਤੋੜਿਆ ਸੀ ਬਹੁਤ ਬਹਾਦਰੀ ਦਾ ਕੰਮ ਸ਼ਾਬਾਸ਼ ਬਸ ਵਾਹਿਗੁਰੂ ਨੇ ਇਹ ਠੀਕ ਕੁਛ ਖਾਸ ਇਹ ਚ ਹੋਇਆ ਨਾ ਹੋਵੇ ਹੁਣ ਜਾ ਕੇ ਨਾਲ ਦੀ ਨਾਲ ਠੀਕ ਹੋ ਜਾਏ ਗੈਰੇਜ ਕਰੇ ਹੋਏ ਤਾਂ ਮਾੜਾ ਜਿਹਾ ਫੋਲਟ ਸੀ ਦੁਕਾਨ ਵਾਲਾ ਬਸ ਐਂ ਬੋਲੇ ਹੁਣ ਜਾ ਕੇ ਦੇਖਦੇ ਹਾਂ ਲੈ ਕੇ ਵੀ ਹੁਣ ਪਿੰਡੇ ਚ ਮੋਹਾਲੀ ਜਾਣਾ ਪੈਣਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਹ ਹੈ ਹਮਾਰੀ ਅੱਜ ਕੀ ਮੇਰੇ ਟਾਈਮ ਬਸ ਸਵੈਟਰ ਪਾਏ ਗੁੱਟੇ ਚਲੇ ਤੂੰ ਵੀ ਆ ਤੂੰ ਪਹਿਲਾਂ ਦੇ ਆ ਹੁਣ ਤੱਕ ਦੀ ਨਾ ਮੇਰਾ ਬੈਸਟ ਰੰਗ ਆ ਪੱਗ ਦਾ ਇਹ ਹਰੇਕ ਕੱਪੜੇ ਨਾਲ ਚੱਲ ਜਾਂਦਾ ਪਤਾ ਨੀ ਇਹ ਬੰਨੀ ਵੀ ਬਾਹਲੀ ਸੌਖੀ ਜਾਂਦੀ ਹੈ ਪਤਾ ਨੀ ਇਹ ਰੰਗ ਦਾ ਚੱਕਰ ਹੈ ਜਾਂ ਕੱਪੜੇ ਦਾ ਇਹੀ ਸੇਮ ਕੱਪੜੇ 'ਚ ਹੋਰ ਪੱਗਾਂ ਵੀ ਨੇ ਉਹ ਇੰਨੀ ਆਰਾਮ ਨਾਲ ਨਹੀਂ ਬੰਨੀਆਂ ਜਾਂਦੀਆਂ ਜਿੰਨੇ ਆਰਾਮ ਨਾਲ ਆਹ ਬੰਨ ਹੋ ਜਾਂਦੀ ਹੈ ਤਾਂ ਕਰਕੇ ਆਹ ਜ਼ਿਆਦਾ ਮੇਰੇ ਆਹੀ ਰੰਗ ਤੁਹਾਡੇ ਆਹੀ ਰੰਗ ਬੰਨਿਆ ਦੇਖਦੇ ਹੋਵੋਗੇ ਆ ਜਾ ਕੁਰਸੀ ਨੀ ਨਾਲ ਲੈ ਕੇ ਜਾਣੀ ਆ ਜਾ ਕਿੱਥੇ ਰੱਖਿਆ ਡਿੱਗੀ ਜਾ ਦੇਖਾ ਅੱਛਾ ਚੱਕ ਲਿਆ ਨਾਲ ਟਰੈਕਟਰ ਕਰ ਦੋ ਬੰਦ ਕਰ ਅੱਛਾ ਤਾਂ ਇਹ ਤਾਂ ਪਾਈ ਲਿਫਾਫੇ ਚ ਨਿਕਲੀ ਆ ਇੱਕ ਸਵਾਦ ਵੀ ਆਇਆ ਨਾ ਇਹ ਚ ਹੁਣ ਕਈ ਫੈਕਟਰ ਆ ਗਏ ਇੱਕ ਤਾਂ ਪਾਪਾ ਦੀ ਮਿਹਨਤ ਇੰਨੀ ਲਾਈ ਉਹ ਚ ਤੇ ਇੱਕ ਜਮਾ ਔਰਗੈਨਿਕ ਉਹ ਜਗ੍ਹਾ ਤੇ ਜਿੱਥੇ ਲਾਈ ਹੋਈ ਆ ਉੱਥੇ ਪਾੜ ਪੂਜਾ ਬੜੇ ਹੁੰਦੀ ਆ ਕਿਸੇ ਫੈਕਟਰ ਵਿੱਚ ਜੁੜ ਗਏ ਤਾਂ ਐ ਤਾਂ ਹੁਣ ਜੇ ਇਹਨਾਂ ਨੂੰ ਇਹਦਾ ਦੇਖਿਆ ਜਾਵੇ ਮਤਲਬ ਬੜੀ ਜਿਹੜਾ ਬੰਦਾ ਖਾਊਗਾ ਉਹ ਚ ਵੀ ਉਹਨੂੰ ਉਹਦਾ ਅਸਰ ਫੀਲ ਹੋਊਗਾ ਕਢਾਈ ਕੋਲ ਖੜ ਕੇ ਹਾਂ ਫਿਰ ਮਿੱਠਾ ਸੋਡਾ ਲਾ ਕੇ ਮੈਲ ਚ ਕਾਈਏ ਕੋਈ ਕੈਮੀਕਲ ਨਹੀਂ ਕੁਛ ਨਹੀਂ ਅੱਛਾ ਕੋਈ ਵੀ ਹੈ ਨੀ ਚੀਜ਼ ਵੀ ਦੇਖੋ ਕੈਮਰਾ ਫੋਟੋ ਬਣਦੀ ਇੱਥੇ ਵੀਡੀਓ ਸਮਾਈਲ ਕਰੋ ਸਮਾਈਲ
ਸਤਗੁਣ ਜੋਨੀ ਜੋਨੀ ਸਤਗੁਣ ਜੋਨੀ ਜੋਨੀ ਸਤਗੁਣ ਜੋਨੀ ਜੋਨੀ ਚੁੱਪ 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 ਸਤਗੁਣ ਜੋਨੀ ਜੋਨੀ ਇੱਧਰ ਪਹਿਲਾਂ ਆਉਂਦੀ ਹੈ ਭਾਜੀ ਆ ਲੈ ਗੁਨੂ ਨੇ ਵੀ ਪੀ ਲਿਆ ਇੱਕ ਮਿੰਟ ਇੱਕ ਮਿੰਟ ਪੀ ਲਓ ਪੀ ਲਓ ਕੱਪੜਿਆਂ ਤੇ ਨਾ ਗਿਰ ਜੇ ਧਿਆਨ ਰੱਖਿਓ ਖੁਸ਼ ਹੋ ਗਿਆ ਭਾਈ ਬੁਣੀ ਹੋ ਗਈ ਸਵੈਟਰ ਨਾਲ ਮੈਚਿੰਗ ਹੋ ਗਈ ਕੁੜਤੇ ਪਜਾਮੇ ਦੀ ਦਾਗ ਲਾਲ ਲਾਲ ਦੇ ਦਾਗ ਪੈ ਗਏ ਬਸ ਥੋੜਾ ਜਿਹਾ ਗਿੱਲਾ ਕਰਨਾ ਕੱਪੜਾ ਬਸ ਉਹ ਚਿੱਟੇ ਕੁੜਤੇ ਪਜਾਮੇ ਤੇ ਦਾਗ ਪੈ ਗਏ ਕਣੀਆਂ ਚ ਮੈਂ ਭਿੱਜੀ ਚੱਲ ਹੋ ਗਏ ਸਾਰ ਚੱਲੀਏ ਚਲੋ ਜੋਨੀ 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 ਈਟਿੰਗ ਸ਼ੂਗਰ ਨੋ ਟੈਲਿੰਗ ਲਾਈ ਚੋਕੇ ਆਪਣੇ ਮਾਊਥ ਮੀ ਚੋ ਵਿੱਚੇ ਮਿਸ ਕਰਤਾ ਤੀ ਅੱਜ ਪੂਰਾ ਕਰਾ ਕੇ ਛੱਡਾਂਗੇ ਇੱਕ ਬੰਦਾ ਦਾ ਸਾਡਾ ਰਸਤੇ 'ਚ ਪਹੁੰਚਦੇ ਪਹੁੰਚਦੇ ਹੀ ਸੌ ਗਿਆ ਹੌਲੀ ਬੋਲੋ ਜਵਾਕ ਸੁੱਤੇ ਪਏ ਹੋ ਕਿੰਨੇ ਸੋਹਣੇ ਕਿਊਟ ਲੱਗਦੇ ਨੇ ਹਨਾ ਫਿਰ ਐਂ ਹੁੰਦਾ ਇਹਨਾਂ ਨੂੰ ਠਾਲ ਦੀਏ ਇਹਨੂੰ ਠਾਲ ਦੀਏ ਜੇ ਉੱਠ ਜਾਂਦਾ ਫਿਰ ਮੈਂ ਐਂ ਹੁੰਦਾ ਚਲੋ ਫਟਾਫਟ ਸੌ ਜਾਣ ਕੀ ਤੋੜ ਕੇ ਲਿਆ ਰਹੇ ਹੋ ਜ਼ੁਲਫਾਂ ਨਿੰਬੂ ਕਿੰਨੇ ਵਧੀਆ ਨਿੰਬੂ ਵੀ ਲੈਣੇ ਕਿਸੇ ਨੂੰ ਮੈਸੇਜ ਕਰ ਸਕਦਾ ਹੈਗੇ ਤੁਹਾਡੇ ਕੋਲ ਇਹ ਕਿਸਾਨ ਚੁੱਪੇ ਵਧੀਆ ਲੱਗਦਾ ਹਾਂ ਨਿਆਣੇ ਵੀ ਰੌਲਾ ਪਾਈ ਸੁੱਤੇ ਪਏ ਸਾਊ ਲੱਗਦੇ ਆ ਨਾ ਬੜੇ ਤਾਂ ਬੋਲਦੇ ਵਧੀਆ ਲੱਗਦੇ ਨੇ ਚੁੱਪ ਨਾਲ ਵਧੀਆ ਬੋਲਦੇ ਹੁਣ ਫਿਰ ਤਾਂ ਵਧੀਆ ਲੱਗਦੇ ਨੇ ਜਾਂ ਜ਼ਬਾਨ ਚੋਂ ਕੱਢਣੀ ਹੋਈ ਇਹੋ ਜਿਹੀ ਗੱਲ ਹੈ ਉਹ ਬੋਲਣ ਫਿਰ ਤਾਂ ਬਹੁਤ ਵਧੀਆ ਲੱਗਦੇ ਨਹੀਂ ਤਾਂ ਕੋਈ ਪਿਆਰ ਨਹੀਂ ਲੱਗਦਾ ਸਹੀ ਗੱਲ ਹੈ ਜਿਹੜੇ ਇਨਸਾਨ ਨੂੰ ਗੱਲ ਵਧੀਆ ਲੱਗ ਰਹੀ ਹੁੰਦੀ ਹੈ ਨਾ ਸਾਹਮਣੇ ਵਾਲਾ ਜੇ ਉਹ ਗੱਲ ਕਰ ਰਿਹਾ ਹੋਵੇ ਫਿਰ ਤਾਂ ਇੰਟਰਸਟ ਹੁੰਦਾ ਉਹਦੀ ਗੱਲ ਸੁਣਨ ਜੇ ਉਹਨੇ ਗੱਲ ਕਰਤੀ ਕੋਈ ਹੋਰ ਹੀ ਫਿਰ ਐ ਹੁੰਦਾ ਜਾਵੇ ਯਾਰ ਹੁਣ ਜਾਵੇ ਸਹੀ ਪਹਿਲਾਂ ਖਾਣ ਨੂੰ ਰੌਲਾ ਪਾ ਲਿਆ ਸੀਗਾ ਫਿਰ ਮੰਨ ਗਿਆ ਸ਼ਾਬਾ ਚਲੋ ਜੀ ਚਲਾਓ ਟਰੈਕਟਰ ਖੇਤਾਂ 'ਚ ਪਹਿਲਾਂ ਇਹਨੇ ਕਰਾਰੀ ਸਵੇਰ ਦੀ ਉਡਾਈ ਹੋਈ ਸੀ ਮੈਂ ਬੜੇ ਵਾਲੀ ਗੱਡੀ ਲੈ ਕੇ ਜਾਣੀ ਹੈ ਮਸਾਂ ਇਹ ਤਾਂ ਮਨਾਇਆ ਚੱਲ ਤੂੰ ਆਹ ਲੈ ਜਾ ਕਿੱਥੇ ਆ ਗਿਆ ਸੀ ਉਹ ਕਿੱਥੇ ਆ ਗਿਆ ਸੀ ਉੱਠ ਗਈ
ਹੋ ਗਿਆ ਸੀ। ਦੇਖ ਰਹੀ ਹੱਟ ਕੇ ਕਿੱਥੇ ਆ ਗਈ ਤੁਹਾਡੀ ਨਾ ਸਵੈਟਰ ਨਾ ਥੰਮ ਲਿਆਂਦੇ ਜਿਹੜੇ ਉੱਤੇ ਕਲਰ ਅੱਜ ਅਸੀਂ ਇੱਥੇ ਸਫਾਈਆਂ ਕਰਨ ਆਏ ਕਿਉਂਕਿ ਦੋ ਦਿਨਾਂ ਤੱਕ ਇੱਥੇ ਸੰਤਾਂ ਨੇ ਆਉਣਾ ਫਿਰ ਅਸੀਂ ਪਹੁੰਚ ਗਏ ਫਿਰ ਅਸੀਂ ਇੱਥੇ ਹੀ ਰਵਾਂਗੇ ਆਈਸੋਲੇਸ਼ਨ ਚ ਆਈਸੋਲੇਸ਼ਨ ਨਾ ਆਈਸੋਲੇਸ਼ਨ ਬਸ ਆਪਾਂ ਤਾਂ ਆ ਗਏ ਪਿੰਡ ਵਾਲੇ ਹਜੇ ਆ ਰਹੇ ਨੇ ਸਫਾਈ ਅਭਿਆਨ ਸ਼ੁਰੂ ਹੋ ਜਾਣਾ ਤਾਂ ਉਹ ਤੋਂ ਪਹਿਲਾਂ ਮੈਂ ਕਿਹਾ ਪੇਟ ਪੂਜਾ ਕਰ ਲਈ ਵੈਸੇ ਪੇਟ ਪੂਜਾ ਲਈ ਹੋਰ ਸਮਾਨ ਵੀ ਲਿਆਂਦਾ ਉਹ ਉਹਨਾਂ ਦੇ ਆਏ ਤੋਂ ਖੋਲਾਂਗੇ ਮੈਂ ਕਿਹਾ ਫਿਰ ਉਹ ਜ਼ਿਆਦਾ ਖਾਧਾ ਜਾਂਦਾ ਉਹ ਤੋਂ ਪਹਿਲਾਂ ਹੈਲਦੀ ਹੈਲਦੀ ਖਾ ਲਈਏ ਤਾਂ ਹੁਣ ਮੈਂ ਥੋੜ੍ਹਾ ਜਿਹਾ ਹੈਲਦੀ ਖਾਣ ਲੱਗਿਆ ਕਿਉਂਕਿ ਫਿਰ ਪਏ ਨੇ ਗੱਡੀ 'ਚ ਗਰਮਾ ਗਰਮ ਸਮੋਸੇ ਸਮੋਸੇ ਫਿਰ ਉਹ ਖਾਵਾਂਗੇ ਜੋਨੀ ਜੋਨੀ ਆਉਂਦੀ ਨਹੀਂ ਉਸੇ ਗੱਲ ਜੋਨੀ ਜੋਨੀ ਤੁਸੀਂ ਕਰਾਇਓ ਮੈਂ ਕਰਾ ਜੋਨੀ ਜੋਨੀ ਚਲੋ ਸਵੇਰ ਸਵੇਰ ਕਰਦੇ ਜੋਨੀ ਜੋਨੀ ਈਟਿੰਗ ਸ਼ੂਗਰ ਟੈਲਿੰਗ ਲਾਈ ਹੁਣ ਹਾਂ ਕਰੀ ਜਾਂਦੀ ਪੂਰੀ ਮਸਤੀ ਹੋਈ ਓਪਨ ਯੋਰ ਮਾਊਥ ਹੁਣ ਇਹ ਗਲਤ ਬੋਲ ਰਹੀ ਹੈ ਹੁਣ ਇਹ ਮਜ਼ਾਕ ਕਰਦੀ ਹੈ ਸਾਡੇ ਨਾਲ ਉਹ ਇੰਨਾ ਕਰੰਟ ਦੱਸਾਂ ਮੈਂ ਕਰੰਟ ਕਾਲਾ ਘੋਟਾ ਹੀ ਨਹੀਂ ਪਾਇਆ ਕਹਿੰਦਾ ਗਿਰ ਗਿਆ ਹੈ ਅੱਛਾ ਗਿਰ ਗਿਆ ਸੀ ਅੱਛਾ ਵੀ ਮੇਰੇ ਤੇ ਹੱਸਦੇ ਕਿਉਂ ਕਹਿੰਦਾ ਕਾਲਾ ਕੋਟਾ ਹੀ ਨਹੀਂ ਪਾਇਆ ਕਹਿੰਦਾ ਹੁਣ ਕਾਲਾ ਕੋਟ ਕਿੱਥੇ ਪਾਇਆ ਵਾਈਟ ਹੈ ਹਾਂਜੀ ਅੱਛਾ ਮੇਰੇ ਵਾਸਤੇ ਲੈ ਕੇ ਆਈ ਸੀ ਥੈਂਕ ਯੂ ਗੁੰਨੂ ਨੂੰ ਕੀ ਹੋ ਗਿਆ ਗਿੱਗਿਆ ਸ਼ੁਰੇ ਅੱਛਾ ਪੱਗ ਖੁੱਲ ਗਈ ਸੀ ਬੰਨਾ ਦੁਬਾਰਾ ਬੰਨਾ ਥੈਂਕ ਯੂ ਹੋ ਗਈਆਂ ਸਫਾਈਆਂ ਹੁਣ ਆ ਗਿਆ ਸਾਡੇ ਜਾਣ ਦਾ ਟਾਈਮ ਐਨ ਪੂਰੀ ਬਰੀਕੀ ਨਾਲ ਕਰੀਏ ਸਾਰੀ ਸਫਾਈ ਰਾਜਾ ਕਿੰਗ ਲੈ ਮੈਂ ਤੁਹਾਡਾ ਹੀ ਪਾ ਦਿੰਦਾ ਇਕੱਲੇ ਸਫਾਈ ਕਰਮਚਾਰੀ ਸਾਰੇ ਨਰੇਗਾ